ਪਹਿਲਾਂ ਤੋ ਰਾਮ ਰਾਮ ਭਾਈ ਸਾਰੇ ਭਾਈਆਂ ਨੇ। ਤੋ ਭਾਈਓ ਆਜ ਆਪੀ ਬਾਤ ਕਰਾਂਗੇ ਦੀਨ ਬੰਧੂ ਸਰ ਛੋਟੂ ਰਾਮ ਜੀ ਕਾ ਜੀਵਨ ਪਰਿਚੈ ਕੇ ਬਾਰੇ ਮੇਂ। ਤੋ ਭਾਈਓ ਸਰ ਛੋਟੂ ਰਾਮ ਕਾ ਜਨਮ 24 ਨਵੰਬਰ 1881 ਕੋ ਹਰਿਆਣਾ ਕੀ ਰੋਹਤਕ ਡਿਸਟ੍ਰਿਕਟ ਕੇ ਗਾਂਵ ਗੱਡੀ ਸਾਪੜਾ ਮੇਂ ਹੁਆ ਥਾ। ਇਨਕੇ ਦਾਦਾ ਕਾ ਨਾਮ ਚੌਧਰੀ ਰਾਮ ਰਤਨ ਵ ਪਿਤਾ ਕਾ ਨਾਮ ਸੁਖੀ ਰਾਮ ਓਹਲਿਆਨ ਥਾ। ਜਿਸਕੀ 3 ਸੰਤਾਨੇ ਥੀ, ਚੌਧਰੀ ਨੇਕੀ ਰਾਮ, ਚੌਧਰੀ ਰਾਮ ਸਰੂਪ ਵ ਰਾਏ ਰਿਛਪਾਲ। ਰਾਏ ਰਿਛਪਾਲ ਆਪਣੇ ਭਾਈਓ ਮੇਂ ਸਭਸੇ ਛੋਟੇ ਥੇ, ਇਸਲਈ ਸਾਰੇ ਪਰਿਵਾਰ ਕੇ ਲੋਕ ਛੋਟੂ ਕਹਿਕਰ ਪੁਕਾਰਨੇ ਲਗੇ। ਸਕੂਲ ਰਜਿਸਟਰ ਮੇਂ ਵੀ ਇਨਕਾ ਨਾਮ ਛੋਟੂ ਰਾਮ ਹੀ ਲਿਖਾ ਦਿਆ ਗਿਆ ਔਰ ਯੇ ਮਹਾਪੁਰਸ਼ ਛੋਟੂ ਰਾਮ ਕੇ ਨਾਮ ਸੇ ਹੀ ਵਿਖਿਆਤ ਹੋਏ। ਚੌਧਰੀ ਛੋਟੂ ਰਾਮ ਜੀ ਆਪਣੇ ਗਾਂਵ ਸੇ 12 ਮੀਲ ਦੂਰੀ ਪਰ ਸਥਿਤ ਮਿਡਲ ਸਕੂਲ ਝੱਜਰ ਸੇ ਪ੍ਰਾਇਮਰੀ ਸ਼ਿਕਸ਼ਾ ਗ੍ਰਹਿਣ ਕੀ, ਲੇਕਿਨ ਇਸਕੇ ਆਗੇ ਪੜ੍ਹਨੇ ਕੇ ਲੀਏ ਉਨਕੇ ਪਾਸ ਪੈਸੇ ਨਹੀਂ ਥੇ, ਇਸਲਈ ਵੋ ਆਪਣੀ ਪੜ੍ਹਾਈ ਛੋੜਕਰ ਆਪਣੇ ਪਿਤਾ ਸੁਖੀ ਰਾਮ ਕੇ ਸਾਥ ਖੇਤੀ ਮੇਂ ਹੱਥ ਬਟਵਾਣੇ ਲਗੇ। ਤੋ ਕੁਛ ਦਿਨੋਂ ਬਾਅਦ ਚੌਧਰੀ ਛੋਟੂ ਰਾਮ ਜੀ ਕੇ ਟੀਚਰ ਚੌਧਰੀ ਸੁਖੀ ਰਾਮ ਜੀ ਸੇ ਮਿਲਤੇ ਹੈ ਔਰ ਬਤਾਤੇ ਹੈ ਕਿ ਚੌਧਰੀ ਛੋਟੂ ਰਾਮ ਕੋ ਪੜ੍ਹਾਓ, ਯੇ ਆਗੇ ਚਲਕਰ ਜ਼ਰੂਰ ਕੁਛ ਕਰਕੇ ਦਿਖਾਏਗਾ। ਅਬ ਟੀਚਰ ਕੇ ਕਹਿਣੇ ਪਰ ਚੌਧਰੀ ਸੁਖੀ ਰਾਮ ਜੀ ਛੋਟੂ ਰਾਮ ਕੋ ਲੇਕਰ ਗਾਂਵ ਸਾਪੜਾ ਮੇਂ ਇੱਕ ਸੇਠ ਕੇ ਪਾਸ ਕਰਜ਼ਾ ਲੈਣੇ ਗਏ, ਲੇਕਿਨ ਸੇਠ ਨੇ ਸੁਖੀ ਰਾਮ ਕੋ ਹੱਥ ਪੰਖੇ ਸੇ ਹਵਾ ਕਰਨੇ ਕੋ ਕਹਾ। ਇਸ ਤਰ੍ਹਾਂ ਛੋਟੂ ਰਾਮ ਆਪਣੇ ਪਿਤਾ ਕਾ ਅਪਮਾਨ ਹੋਤੇ ਦੇਖ ਉਹਨੇ ਘਰ ਲੈ ਆਏ ਔਰ ਕਸਮ ਖਾਈ ਕਿ ਇੱਕ ਦਿਨ ਯੇ ਕਰਜ਼ਾ ਸਮਾਪਤ ਕਰਕੇ ਦਮ ਲੇਂਗੇ। ਛੋਟੂ ਰਾਮ ਜੀ ਕਾ ਅੰਦਰ ਕਾ ਯੁਵਾ ਜਾਗ ਚੁਕਾ ਥਾ। ਤੋ ਕੁਛ ਸਮੇਂ ਕੇ ਬਾਅਦ ਇੱਕ ਦਿਨ ਚੌਧਰੀ ਛੋਟੂ ਰਾਮ ਔਰ ਸੇਠ ਸਾਜੂ ਰਾਮ ਜੀ ਕੀ ਮੁਲਾਕਾਤ ਗਾਜ਼ੀਆ ਰੇਲਵੇ ਸਟੇਸ਼ਨ ਪਰ ਹੋਈ ਔਰ ਸੇਠ ਸਾਜੂ ਰਾਮ ਨੇ ਚੌਧਰੀ ਛੋਟੂ ਰਾਮ ਕੀ BA ਤੱਕ ਕੀ ਪੜ੍ਹਾਈ ਕਾ ਖਰਚ ਉਠਾਣੇ ਕੀ ਠਾਣੀ। ਅਬ ਚੌਧਰੀ ਛੋਟੂ ਰਾਮ ਨੇ ਦਿੱਲੀ ਕੇ ਇੱਕ ਕ੍ਰਿਸਚਨ ਮਿਸ਼ਨ ਸਕੂਲ ਮੇਂ ਦਾਖਿਲਾ ਲਿਆ ਔਰ ਵਹਾਂ ਪਰ ਛਾਤਰਾਵਾਸ ਕੇ ਅਧਿਕਸ਼ ਕੇ ਖਿਲਾਫ਼ ਆਵਾਜ਼ ਉਠਾਈ, ਜਿਸਕੇ ਕਾਰਨ ਚੌਧਰੀ ਛੋਟੂ ਰਾਮ ਕੋ ਜਨਰਲ ਰੋਬਰਟ ਕੇ ਨਾਮ ਸੇ ਜਾਣਾ ਜਾਣੇ ਲਗਾ। ਸੰਨ 1903 ਮੇਂ ਇੰਟਰਮੀਡੀਏਟ ਪ੍ਰੀਖਿਆ ਪਾਸ ਕਰਨੇ ਕੇ ਬਾਅਦ ਛੋਟੂ ਰਾਮ ਜੀ ਨੇ ਦਿੱਲੀ ਕੇ ਸੈਂਟ ਸਟੀਫਨ ਕਾਲਜ ਸੇ 1904 ਮੇਂ ਗ੍ਰੈਜੂਏਸ਼ਨ ਕੀ ਡਿਗਰੀ ਪ੍ਰਾਪਤ ਕੀ। ਅਬ ਚੌਧਰੀ ਛੋਟੂ ਰਾਮ ਨੇ ਕਭੀ ਪਿੱਛੇ ਮੁੜ ਕਰ ਨਹੀਂ ਦੇਖਾ, ਵੈਦਿਕ ਧਰਮ ਔਰ ਆਰੀਆ ਸਮਾਜ ਮੇਂ ਆਸਥਾ ਬਣਾ ਲਈ। ਸੰਨ 1905 ਮੇਂ ਕਾਲਾਂਕਰ ਕੇ ਰਾਜਾ ਰਾਮਪਾਲ ਕੇ ਯਹਾਂ ਸੈਨਿਜੀ ਸਚਿਵ ਕੇ ਤੌਰ ਪਰ ਨੌਕਰੀ ਕੀ। ਯਹੀਂ ਸੇ 1907 ਮੇਂ ਯੇ ਆਗਰਾ ਪਹੁੰਚੇ। ਆਗਰਾ ਮੇਂ ਟਿਊਸ਼ਨ ਕਰਕੇ 1911 ਮੇਂ LLB ਕੀ ਡਿਗਰੀ ਪ੍ਰਾਪਤ ਕੀ। ਇਤਨੇ ਦਿਨੋਂ ਤੱਕ ਵਹ ਆਪਣੇ ਘਰ ਨਹੀਂ ਗਏ ਔਰ ਫਿਰ ਆਗਰਾ ਔਰ ਲਾਹੌਰ ਹਾਈ ਕੋਰਟ ਕੇ ਵਕੀਲ ਬਣੇ ਔਰ ਆਪਣੇ ਗਾਂਵ ਗੱਡੀ ਆਏ। ਯਹਾਂ ਉਨਕਾ ਬੜੀ ਜ਼ੋਰ ਸ਼ੋਰ ਸੇ ਸਵਾਗਤ ਕੀਆ ਗਿਆ। ਅਬ ਚੌਧਰੀ ਛੋਟੂ ਰਾਮ ਜੀ ਨੇ 1912 ਮੇਂ ਚੌਧਰੀ ਲਾਲ ਚੰਦ ਕੇ ਸਾਥ ਵਕਾਲਤ ਸ਼ੁਰੂ ਕੀ ਔਰ ਕਸਮ ਖਾਈ ਕਿ ਝੂਠੇ ਮੁਕਦਮੋ ਸੇ ਦੂਰ ਰਹੇਂਗੇ, ਗਰੀਬੋ ਕੋ ਨਿਸ਼ੁਲਕ ਕਾਨੂੰਨੀ ਸਲਾਹ ਦੇਂਗੇ ਔਰ ਸਭੀ ਸੇ ਸਦਵਿਵਹਾਰ ਕਰੇਂਗੇ। ਉਨ੍ਹੋਂਨੇ ਇਨ ਬਾਤੋਂ ਕੋ ਆਪਣੇ ਜੀਵਨ ਕਾ ਆਦਰਸ਼ ਬਣਾ ਲਿਆ। ਅਬ ਕੁਛ ਸਮੇਂ ਬਾਅਦ ਇੱਕ ਵਿਧਵਾ ਔਰਤ ਚੌਧਰੀ ਛੋਟੂ ਰਾਮ ਜੀ ਕੇ ਪਾਸ ਆਈ ਔਰ ਬਤਾਇਆ ਕਿ ਉਸਕੀ ਸਾਰੀ ਜ਼ਮੀਨ ਗਿਰਵੀ ਪਰ ਹੈ ਔਰ ਉਸਕੇ 4 ਬੱਚੇ ਹੈ। ਤੋ ਚੌਧਰੀ ਛੋਟੂ ਰਾਮ ਨੇ ਉਸ ਔਰਤ ਕਾ ਕੇਸ ਬਿਨਾਂ ਫੀਸ ਲੀਏ ਫਾਈਲ ਕਰਵਾ ਦਿਆ ਔਰ ਜੱਜ ਸਾਹਿਬ ਕੇ ਪਾਸ ਗੁਹਾਰ ਲਗਾਈ ਕਿ ਗੁਜ਼ਾਰੇ ਕੇ ਲੀਏ ਇੱਕ ਕਾਟੜੀ, ਬੈਲ ਔਰ ਕੁਛ ਜ਼ਮੀਨ ਇਨਕੋ ਵਾਪਿਸ ਦਿਲਵਾਈ ਜਾਏ। ਤੋ ਜੱਜ ਸਾਹਿਬ ਨੇ ਕਿਹਾ ਕਿ ਐਸਾ ਕੋਈ ਕਾਨੂੰਨ ਨਹੀਂ ਹੈ ਜਿਸਸੇ ਇਨਕੀ ਜ਼ਮੀਨ ਵਾਪਿਸ ਦਿਲਵਾਈ ਜਾ ਸਕੇ ਔਰ ਯਹ ਕਹਿਕਰ ਕੇਸ ਕੋ ਖਾਰਿਜ ਕਰ ਦਿਆ। ਅਬ ਚੌਧਰੀ ਛੋਟੂ ਰਾਮ ਨੇ ਆਪਣੇ ਜੀਵਨ ਕਾ ਅਹਿਮ ਫੈਸਲਾ ਲਿਆ ਔਰ ਵਕਾਲਤ ਕੀ ਸਾਰੀ ਕਿਤਾਬੇ ਜੱਜ ਕੇ ਸਾਹਮਣੇ ਲਾਕਰ ਟੇਬਲ ਪਰ ਰੱਖ ਦੀ ਔਰ ਬੜੀ ਵਿਨਮਰਤਾ ਸੇ ਕਿਹਾ ਕਿ ਜੱਜ ਸਾਹਿਬ, ਅਗਰ ਮੇਰੇ ਅੰਦਰ ਦਮ ਹੁਆ ਤੋ ਮੈਂ ਇਸ ਕਾਨੂੰਨ ਕੋ ਬਦਲ ਕਰ ਦਿਖਾਊਂਗਾ ਔਰ ਉਸੀ ਦਿਨ ਸੇ ਵਕਾਲਤ ਸੇ ਤਿਆਗ ਪੱਤਰ ਦੇ ਦਿਆ ਔਰ ਰਾਜਨੀਤਿਕ, ਸਮਾਜਿਕ ਕਾਰਿਓ ਔਰ ਕਾਂਗਰਸ ਪਾਰਟੀ ਮੇਂ ਸ਼ਾਮਿਲ ਹੋ ਗਏ। ਪ੍ਰਥਮ ਵਿਸ਼ਵ ਯੁੱਧ ਕੇ ਦੌਰਾਨ ਰੋਹਤਕ ਕੈਲਾਸੀ ਇਲਾਕੇ ਸੇ 22,144 ਸੈਨਿਕ ਭਰਤੀ ਕਰਵਾਏ, ਜੋ ਉਸ ਸਮੇਂ ਹਮਾਰੀ ਪੂਰੀ ਸੈਨਾ ਕਾ ਆਧਾ ਭਾਗ ਥਾ। 1913 ਮੇਂ ਜਾਟ ਸਕੂਲ ਕੀ ਸਥਾਪਨਾ ਕੀ ਔਰ 1915 ਮੇਂ ਕ੍ਰਾਂਤੀਕਾਰੀ ਜਾਟ ਗਜ਼ਟ ਅਖਬਾਰ ਕੀ ਸਥਾਪਨਾ ਕੀ, ਜੋ ਹਰਿਆਣਾ ਕਾ ਸਭਸੇ ਪਹਿਲਾ ਅਖਬਾਰ ਥਾ, ਜਿਸ ਮੇਂ ਸਾਹੂਕਾਰ ਔਰ ਅੰਗਰੇਜ਼ ਹਕੂਮਤ ਕੇ ਬਾਰੇ ਮੇਂ ਲਿਖਾ ਗਿਆ। 1916 ਮੇਂ ਕਾਂਗਰਸ ਪਾਰਟੀ ਕੀ ਤਰਫ ਸੇ ਚੌਧਰੀ ਸਾਹਿਬ ਕੋ ਪਹਿਲੀ ਬਾਰ ਜ਼ਿਲ੍ਹਾ ਅਧਿਕਸ਼ ਬਣਾਇਆ ਗਿਆ, ਜਿਸਕੇ ਬਾਅਦ ਚੌਧਰੀ ਛੋਟੂ ਰਾਮ ਜੀ ਇੱਕ ਬਹੁਤ ਬੜੀ ਜਨਸਭਾ ਕੋ ਸੰਬੋਧਿਤ ਕਰਤੇ ਹੈ ਔਰ ਸਭੀ ਕਿਸਾਨੋ ਕੋ ਸਮਝਾਤੇ ਹੈ ਇੱਕ ਭਾਸ਼ਣ ਕੇ ਦੁਆਰਾ। ਬੋਲੇ ਸੇ ਕਿਸਾਨ ਆਪਣੀ ਤਾਕਤ ਕੋ ਜਾਣ ਲੇ, ਬੋਲ ਲਾ ਲੇ ਸਿੱਖ ਔਰ ਦੁਸ਼ਮਣ ਕੋ ਪਹਿਚਾਣ ਲੇ। ਅਬ ਇਸ ਭਾਸ਼ਣ ਔਰ ਜਾਟ ਗਜ਼ਟ ਅਖਬਾਰ ਕੇ ਕਾਰਨ ਰੋਹਤਕ ਕੇ ਡਿਪਟੀ ਕਮਿਸ਼ਨਰ ਨੇ ਚੌਧਰੀ ਛੋਟੂ ਰਾਮ ਜੀ ਕੋ ਦੇਸ਼ ਲਿਖਾੜਾ ਕੀ ਸਿਫਾਰਿਸ਼ ਅੰਗਰੇਜ਼ੋ ਕੋ ਭੇਜ ਦੀ। ਜਬ ਅੰਗਰੇਜ਼ੋ ਨੇ ਜਾਂਚ ਕਰਵਾਈ ਤੋ ਪਤਾ ਚਲਾ ਕਿ ਛੋਟੂ ਰਾਮ ਤੋ ਨਾਮ ਹੀ ਕ੍ਰਾਂਤੀ ਹੈ, ਅਗਰ ਛੋਟੂ ਰਾਮ ਕੋ ਦੇਸ਼ ਲਿਖਾੜਾ ਦਿਆ ਤੋ ਬਹੁਤ ਖੂਨ ਖਰਾਬਾ ਹੋਗਾ, ਇਸ ਕਾਰਨ ਉਸ ਸਿਫਾਰਿਸ਼ ਕੋ ਖਾਰਿਜ ਕਰ ਦਿਆ ਗਿਆ। ਅਬ ਚੌਧਰੀ ਛੋਟੂ ਰਾਮ ਨੇ ਪਿੱਛੇ ਮੁੜ ਕੇ ਨਹੀਂ ਦੇਖਾ
और जगह जगह पर रैली, पैदल यात्रा और मजदूर किसानों को जगाने में कोई कसर नहीं छोड़ी। इस तरह सन 1920 में किसी आपसी मतभेद के कारण चौधरी छोटूराम ने कांग्रेस पार्टी से त्याग पत्र दे दिया और सर सिकंदर हयात खान से मिलकर यूनियनिस्ट पार्टी का गठन किया। यह गरीब मजदूर और किसानों के हित की पार्टी थी। सन 1936 में चौधरी साहब को विधान परिषद का अध्यक्ष बना दिया गया और 1937 में 173 सीटों पर आम चुनाव करवाए गए। यूनियनिस्ट पार्टी 99 सीटों पर विजय हुई। चौधरी छोटूराम पहली बार विकास एवं राजस्व मंत्री बने। इसके बाद चौधरी छोटूराम ने बचपन में जो कसम खाई थी उसको पूरा करने का समय आ चुका था। तो चौधरी साहब ने सबसे पहले 2 सितंबर 1938 को साहूकारा पंजीकरण एक्ट, 9 सितंबर 1938 को गिरवी जमीन मुफ्त वापसी एक्ट, 5 मई 1939 को कृषि उत्पाद मंडी अधिनियम एक्ट, 11 जून 1940 को व्यवसाय श्रमिक अधिनियम एक्ट, कर्जा माफी, पंजाब ग्राम पंचायत एक्ट, संपत्ति स्थानांतरण एक्ट आदि इस तरह से उन्होंने कानून बनाकर पास करवाने का काम किया। मजदूर और किसानों के सभी काम करवाए। इस तरह चौधरी छोटूराम जी के नाम की तुत्ती बोलने लगी। तो एक बार दिल्ली के वायसराय लॉर्ड लेवल ने सभी प्रदेशों के प्रीमियम यानी सीएम को गेहूं का मूल्य तय करने के लिए बुलाया। तो पंजाब के प्रीमियम के कहने पर चौधरी छोटूराम भी मीटिंग में शामिल हो गए, जहां पर 4 रुपये मण यानी 4 रुपये की 40 किलो गेहूं मूल्य तय हुआ। लेकिन चौधरी छोटूराम ने इस मूल्य पर दस्तक नहीं किए और 10 रुपये मण का भाव तय किया गया, जिसके कारण मजदूर और किसान उनको भगवान के रूप में देखने लगे। तो कुछ समय बाद 1942 में अंग्रेजों ने हिंदुस्तान के दो हिस्से करने की ठानी और मोहम्मद अली जिन्ना को चौधरी छोटूराम के पास उन्हें मनाने के लिए भेजा। तो जिन्ना चौधरी छोटूराम के पास लाहौर लिली कोठी में मिले। जिन्ना छोटूराम को समर्थन देने व बदले में उन्हें पद व कुर्सी देने का लालच देते हैं, जिससे चौधरी छोटूराम गुस्सा हो गए और चौधरी साहब ने एक पत्र महात्मा गांधी, सरदार पटेल और पंडित जवाहरलाल नेहरू जी को भेजा और अवगत कराया कि जिन्ना मेरे पास अलग पाकिस्तान का प्रपोजल लेकर आया है, जिसका मैं भरसक विरोध करता हूँ। तो उस पत्र के जवाब में दिल्ली में एक गुप्त मीटिंग रखी गई। चौधरी छोटूराम जी को भी लाहौर में आमंत्रित किया गया। इस मीटिंग में सुभाष चंद्र बोस, सरदार पटेल, महात्मा गांधी, पंडित जवाहरलाल नेहरू, डॉक्टर राजेंद्र प्रसाद, मौलाना अबुल कलाम आजाद और सरोजनी नायडू ये सभी शामिल थे। चौधरी छोटूराम ने भ्रष्ट सरकारी अफसरों और सूदखोर महाजनों के शोषण के खिलाफ अनेक लेख लिखे। कोर्ट में उनके विरुद्ध मुकदमे लड़े व जीते। मोर बचाओ, ठगी के बाजार की सैर, बेचारा जमींदार, जाट नौजवानों के लिए जिंदगी के नुस्खे और पाकिस्तान आदि लेखों द्वारा किसानों में राजनीतिक चेतना भावना तथा देशभक्ति की भावना पैदा करने का प्रयास किया और 8 जनवरी 1945 को भाखड़ा बांध की स्वीकृति दिलाई और अंतिम दस्तक किए। 9 जनवरी 1945 को अचानक तबीयत खराब हुई, तभी जोर से खांसी आई और लिली कोठी लाहौर में अपनी अंतिम सांस ली। पूरे लाहौर, लिली कोठी और पंजाब तक यह दुग्ध समाचार आग की तरह फैल गया और सभी इकट्ठे हुए और उनका अंतिम संस्कार लाहौर में करने को कहा, लेकिन उनकी पत्नी ज्ञानो देवी ने उन्हें रोहतक में ले जाने को कहा, क्योंकि हरियाणा की जनता अपने भगवान चौधरी छोटूराम के अंतिम दर्शन करना चाहती थी। इसलिए कुछ समय के लिए रोहतक में उन्हें लाया गया और रोहतक के गौकर्ण तालाब में देसी घी और चंदन की लकड़ी से उनका अंतिम संस्कार कर दिया गया। भाइयो, ये भी आ जाने जाने था, मैं कह चौधरी छोटूराम की कविता भी सुन जाओ। वर्मा विष्णु शिव जी भोला, लक्ष्मण का भाई राम तने, जमींदार के पूत लाडले धन धन छोटू राम तने, छोटू राम ले जन्म दोबारा आयो, भारत रया पुकार तने, जगह जगह त्रिपुजे मूर्ति पूजे है संसार तने, जिस माँ के तने जन्म लिया हुआ धन धन जननी माई, फिर दोबारा आ भारत में तेजिया आण दिखाई, छोटू राम मजदूर किसाना पे तने सारी उम्र गवाई, छोटू राम आज तेरी मूर्ति जगह जगह बनवाई, इस देश के लोग लुगाई पूजे करके प्यार तने, जमींदार के पूत लाडले धन धन छोटू राम तने। तो धन्यवाद भाइयों, बढ़िया लगा तो लाइक शेयर सब्सक्राइब।